सत श्री अकाल दोस्तों, मैं थोड़ा अपना तारी लोधी पुरी ते तुसी देख रहे हो ईगल आई 24 चैनल। अज आप पहुंचे हैं पिंड गढ़ी गुद्दोवाल, जिथे कि एक ठग वालों एक अजीबो गरीब तरीके ठगी मारी है। मामला की है, आप इस परिवार ने आप गल करते हैं। जोनी बोल के मैं फोन किया। जोनी कौन है? पहले पिंड का मुंडा पुराने का दौलत पर मुंडा है, मैं ਭਤੀਜਾ ਲੱਗਦਾ, ਭਰਾ ਲੱਗਦਾ ਸੀ ਚਾਚੇ ਦਾ ਮੁੰਡਾ ਮੇਰਾ। ਚਾਚੇ ਦਾ ਮੁੰਡਾ ਕਾਫੀ ਲੰਬਾ ਸਮਾਂ ਪਹਿਲਾਂ ਕੈਨੇਡਾ ਗਿਆ ਹੋਇਆ। ਹਾਂਜੀ ਹਾਂਜੀ ਹਾਂਜੀ। ਤੁਹਾਨੂੰ ਕਿਹਾ ਵੀ ਮੈਂ ਜੋਨੀ ਬਲੇ, ਤੁਸੀਂ ਕਿਹਾ ਤੂੰ ਜੋਨੀ ਬੋਲਾਂ? ਮੈਂ ਕਿਹਾ ਜੋਨੀ ਕਿੱਦਾਂ ਬੋਲਿਆ ਤੇ ਮੈਨੂੰ ਕਿੱਦਾਂ ਗਿਆ? ਕਹਿੰਦਾ ਮੈਂ ਨੰਬਰ ਲਿਆ ਤੁਹਾਡਾ, ਮੈਂ ਕਿਹਾ ਭੈਣਾਂ ਦੇ ਦੁੱਖ ਸੁੱਖ ਕਰਿਆ ਭਾਣਜੀਆਂ ਮੇਰੇ ਰਿਸ਼ਤੇਦਾਰ ਬਣੀਆਂ। ਕਹਿੰਦਾ ਜੀ ਹਾਂਜੀ ਇਹ ਚੱਕਰ ਹੋਇਆ ਜੀ। ਫੇਰ ਮੇਰੇ ਭਤੀਜੀ ਬੈਠੇ ਨਾ ਗੱਲ ਕਰਦਾ, ਨਹੀਂ ਇਹਨਾਂ ਨੇ ਗੱਲ ਕਰਨੀ, ਭਰਾ ਨੇ ਕੋਈ ਉਹਨਾਂ ਨੇ ਕਹਿੰਦਾ ਗੱਲ ਕਰਨੀ, ਉਧਰ ਨੂੰ ਗੱਲ ਕਰੀ ਜੀ, ਇਹ ਚੱਕਰ ਹੋਇਆ ਜੀ ਮੇਰੇ ਨਾਲ। ਹਾਂਜੀ ਮਤਲਬ ਤੁਹਾਡੇ ਨਾਲ ਉਹਨੇ ਗੱਲ ਕੀਤੀ? ਹਾਂਜੀ ਹਾਂਜੀ। ਤੁਹਾਡੀ ਬੇਟੀ ਦਾ ਨੰਬਰ ਹੈ, ਤੁਹਾਡੀ ਬੇਟੀ ਨਾਂ ਕੀ ਆ? ਕਿਹਦਾ ਨੰਬਰ ਲਿਆ? ਪਰਮਜੀਤ। ਕਹਿੰਦਾ ਮੈਨੂੰ ਨੰਬਰ ਦੇ, ਕੁੜੀਆਂ ਦੇ ਨੰਬਰ ਦੇ। ਕਹਿੰਦਾ ਕੁੜੀਆਂ ਮੈਨੂੰ ਆਪਣਾ ਦੁੱਖ ਸੁੱਖ ਬਣੇ, ਰਿਸ਼ਤਾ ਹੁਣ ਸਾਡੀ ਬਣੀ ਹੈ ਭੈਣ, ਜਦ ਹੀ ਨਹੀਂ ਬਣੀ ਹੈਗੀ। ਮੈਂ ਤੈਨੂੰ ਹੁਣ ਚੇਤਾ ਆਇਆ, ਇੱਦਾਂ ਵੀ ਉਹਨੂੰ ਕਿਹਾ ਜੀ ਜੀ। ਹਾਂਜੀ ਇੱਦਾਂ ਹੋਇਆ ਜੀ। ਚਲੋ ਠੀਕ ਹੈ, ਆਪਾਂ ਇਹਦੇ ਬਾਅਦ ਆਪਾਂ ਗੱਲ ਪਰਮਜੀਤ ਕੌਰ ਨਾਲ ਗੱਲ ਕਰਦੇ। ਪਰਮਜੀਤ ਕੌਰ ਜੀ, ਦੱਸੋ ਪੂਰਾ ਮਾਮਲਾ ਕੀ ਮਤਲਬ ਹੋਇਆ ਹੈ? ਹਾਂਜੀ ਪਹਿਲਾਂ ਮੇਰੀ ਮੰਮੀ ਦਾ ਮੈਨੂੰ ਕਾਲ ਆਉਂਦੀ, ਕਹਿੰਦੀ ਪਰਮਜੀਤ ਤੈਨੂੰ ਜੋਨੀ ਦਾ ਬਾਹਰੋਂ ਫੋਨ ਆਉਣਾ ਆ ਅਤੇ ਤੂੰ ਗੱਲ ਕਰ ਲਈ। ਮੈਂ ਮੰਮੀ ਨੂੰ ਪੁੱਛਿਆ ਵੀ ਜੋਨੀ ਕੌਣ ਆ? ਮੰਮੀ ਕਹਿੰਦੀ ਮੇਰੇ ਚਾਚੇ ਦਾ ਮੁੰਡਾ ਆ। ਅਤੇ ਮੈਂ ਕਿਹਾ ਚਲੋ ਠੀਕ ਆ ਮੰਮੀ, ਉਹਨਾਂ ਦਾ ਫੋਨ ਕੱਟ ਹੋ ਗਿਆ ਅਤੇ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਉਂਦਾ ਆ। ਮੈਂ ਉਹਨਾਂ ਨੂੰ ਪੁੱਛਦੀ ਤੁਸੀਂ ਕੌਣ ਬੋਲਦੇ ਹੋ? ਕਹਿੰਦਾ ਵੀ ਮੈਂ ਜੋਨੀ ਬੋਲਦਾ ਹਾਂ। ਮੈਂ ਕਿਹਾ ਠੀਕ ਆ ਜੀ। ਕਹਿੰਦਾ ਤੁਸੀਂ ਮੇਰਾ ਨੰਬਰ ਲੈ ਲਓ ਅਤੇ ਮੈਨੂੰ ਫੋਨ ਕਰਿਓ। ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਉਹ ਕਹਿੰਦਾ ਵੀ ਪਰਮਜੀਤ ਇੱਦਾਂ ਇੱਦਾਂ ਕਰਕੇ ਨਾ ਮੈਨੂੰ 50,000 ਰੁਪਏ ਦੀ ਜ਼ਰੂਰਤ ਪੈ ਗਈ ਆ, ਕਿ ਮੇਰਾ ਕੋਈ ਯਾਰ ਦੋਸਤ ਆ, ਉਹਦੀ ਮੰਮੀ ਜ਼ਿਆਦਾ ਸੀਰੀਅਸ ਆ, ਕਿ ਤੁਸੀਂ ਇਹਨਾਂ ਮੈਨੂੰ 50,000 ਰੁਪਇਆ ਪਾ ਦਿਓ, ਕਿ ਬੈਂਕ ਆਉਂਦਾ ਮੈਂ ਤੁਹਾਨੂੰ ਫਿਰ ਪੈਸੇ ਪਾ ਦੂੰਗਾ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਆ ਮਾਮਾ ਜੀ, ਕੋਈ ਨਹੀਂ ਮੈਂ ਤੁਹਾਨੂੰ ਪੈਸੇ ਪਾ ਦਿੰਦੇ ਹਾਂ ਅਸੀਂ। ਅਤੇ ਅਸੀਂ ਉਹਨਾਂ ਨੂੰ 50,000 ਰੁਪਇਆ ਭੇਜ ਦਿੱਤਾ ਕਿਸੇ ਤੋਂ ਫੜ ਕੇ। ਅਤੇ ਥੋੜ੍ਹੀ ਦੇਰ ਅੱਧੇ ਘੰਟੇ ਬਾਅਦ ਉਹਨਾਂ ਨੇ ਫੋਨ ਆਉਂਦਾ ਕਿ ਮੈਨੂੰ ਪਰਮਜੀਤ ਵੀ ਉਹ ਬੰਦਾ ਹੁਣ ਜ਼ਿਆਦਾ ਪਰੇਸ਼ਾਨ ਕਰਦਾ, ਵੀ ਪੈਸੇ ਉਹਨੂੰ ਜ਼ਿਆਦਾ ਚਾਹੀਦੇ ਸੀ, ਮੈਨੂੰ ਪਹਿਲਾਂ ਦੱਸਿਆ, ਮੈਂ ਤੁਹਾਨੂੰ ਉਦੋਂ ਹੀ ਕਹਿ ਦੇਣਾ ਸੀ ਕਿ ਤੁਸੀਂ 1,00,000 ਰੁਪਇਆ ਪਾ ਦਿਓ। ਅਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਪਰਮਜੀਤ ਤੁਸੀਂ ਹੁਣ ਕਿਸੇ ਤਰ੍ਹਾਂ ਕਰਕੇ 70,000 ਰੁਪਇਆ ਪਾਓ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮਾਮੇ ਸਾਡੇ ਕੋਲ ਤਾਂ ਇੰਨੇ ਪੈਸੇ ਹੈ ਨਹੀਂ, ਅਸੀਂ ਤਾਂ ਫੜ ਕੇ ਤੁਹਾਨੂੰ ਪੈਸੇ ਪਾਏ ਆ। ਫਿਰ ਉਹ ਮਾਮਾ ਜੀ ਕਹਿੰਦੇ ਵੀ ਕਿਸੇ ਤਰ੍ਹਾਂ ਤੁਸੀਂ ਹੱਲਾ ਵਸੀਲਾ ਕਰੋ, ਵੀ ਤੁਸੀਂ ਪੈਸੇ ਕਿਸੇ ਤਰ੍ਹਾਂ ਪਾ ਦਿਓ। ਫਿਰ ਸਾਨੂੰ ਪਰੇਸ਼ਾਨ ਕਰੀ ਗਿਆ ਅਤੇ ਉਹ ਹਟਿਆ ਨਹੀਂ। ਫਿਰ ਮੇਰੇ ਮਨ ਦੇ ਵਿੱਚ ਹੀ ਆਈ ਵੀ ਬੰਦਾ ਸਾਨੂੰ ਇੰਨਾ ਪਰੇਸ਼ਾਨ ਕਰਦਾ ਪਿਆ ਵੀ ਇਹ ਜੋਨੀ ਦਾ ਨਹੀਂ ਹੋ ਸਕਦਾ। ਫਿਰ ਮੈਂ ਕਿਸੇ ਤੋਂ ਨੰਬਰ ਲੈ ਕੇ ਪਤਾ ਕੀਤਾ ਕਿ ਉਹ ਕਹਿੰਦੇ ਵੀ ਇਹ ਜੋਨੀ ਨਹੀਂ ਹੈਗਾ, ਜੋਨੀ ਦੇ ਨਾਲ ਗੱਲ ਹੁੰਦੀ ਆ। ਅਤੇ ਉਹ ਕਹਿੰਦਾ ਮੈਂ ਜਿਹੜਾ ਤੁਹਾਨੂੰ ਪੈਸੇ ਪਾਉਣੇ ਆ, ਅਤੇ ਮੈਂ ਮੇਰੇ ਕੋਲ ਤਾਂ ਆਪਣੇ ਪੈਸੇ ਬਥੇਰੇ ਆ, ਮੈਂ ਕਿਉਂ ਤੁਹਾਡੇ ਕੋਲ ਇੱਦਾਂ ਪੈਸੇ ਮੰਗਵਾਵਾਂਗਾ। ਅਤੇ ਫਿਰ ਉਹਦੇ ਵੱਧੋਂ 2-3 ਦਿਨ ਹੋ ਗਏ ਤਾਂ ਬੰਦਾ ਫੋਨ ਕਰਨੇ ਤੋਂ ਹਟਦਾ ਨਹੀਂ ਪਿਆ। ਅਤੇ ਹੁਣ ਸਾਨੂੰ ਕਹਿੰਦਾ ਕਿ ਤੁਹਾਡੇ ਜਿਹੜੇ ਪੈਸੇ ਪਾਉਣੇ ਉਹਦਾ ਟੈਕਸ ਤਾਰਨਾ ਆ 15,000 ਰੁਪਇਆ, ਅਤੇ ਤੁਸੀਂ 15,000 ਰੁਪਇਆ ਤਾਰ ਦਿਓ ਅਤੇ ਮੈਂ ਤੁਹਾਡੇ ਅਕਾਊਂਟ ਵਿੱਚ ਤੁਹਾਡੇ ਪੈਸੇ ਜਿਹੜੇ 50,000 ਤੁਹਾਨੂੰ ਕੋਲ ਲਿਆ ਮੈਂ ਤੁਹਾਨੂੰ ਪਾ ਦਿੰਦਾ ਹਾਂ। ਬਸ ਆਹ ਗੱਲਾਂ ਉਹਨਾਂ ਨੇ ਮੇਰੇ ਨਾਲ ਕਰਦੇ, ਪਰ ਸਾਨੂੰ ਫੋਨ ਕਰਨੇ ਤੋਂ ਨਹੀਂ ਹਟਦਾ ਪਿਆ, ਪੈਸੇ ਮੰਗੀ ਜਾਂਦਾ। ਦੋਸਤੋ 50,000 ਰੁਪਇਆ ਤਾਂ ਗਿਆ, ਜੇਕਰ ਆਪਣੀ ਸੂਝ ਬੁਝ ਨਾ ਵਰਤਦਾ 70,000 ਹੋ ਸਕਦਾ। ਇਕੱਠੇ ਗੁੱਟ ਕਰਕੇ ਉਹ ਵੀ ਸ਼ਾਇਦ ਉਹ ਜੋਨੀ ਦੇ ਇੱਕ ਗੋਡੇਬਲ ਦੇ ਨਾਂ 'ਤੇ ਦੇਣ ਨੂੰ ਤਿਆਰ ਹੋ ਗਏ, ਪਰੰਤੂ ਤਾਂ ਫਿਰ ਵੀ ਕਿਤੇ ਉਹ ਪੈਸਿਆਂ ਦਾ ਬਚਾਅ ਹੋ ਗਿਆ। ਔਰ ਦੇਖੋ ਸਭ ਤੋਂ ਵੱਡੀ ਗੱਲ ਉਹਦਾ ਇਹ ਨੌਸਲਵਾਜ ਦਾ, ਇਹ ਠੱਗਾਂ ਦਾ ਇੰਨਾ ਦਿਮਾਗ ਛੱਤ ਰਿਹਾ, 15,000 ਰੁਪਇਆ ਹੋਰ ਮੰਗ ਰਿਹਾ। ਸੋ ਮੇਰੀ ਬੇਨਤੀ ਆ ਵੀ ਇਹੋ ਜਿਹੇ ਲੁਟੇਰਿਆਂ ਕੋਲੋਂ, ਠੱਗਾਂ ਦੇ ਕੋਲੋਂ ਸਾਡੇ ਪਿੰਡਾਂ ਦੇ ਲੋਕਾਂ ਨੂੰ ਜਾਂ ਇਹ ਕਹਿ ਲਓ ਭੋਲੇ ਭਾਲੇ ਲੋਕਾਂ ਨੂੰ ਬਚਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ। ਇੱਥੇ ਤੁਹਾਨੂੰ ਗੱਲ ਹੋਰ ਗੱਲ ਕਹਿ ਦੇਣੀ ਚਾਹੁੰਦੇ ਹਾਂ, ਕੋਈ ਵੀ ਬੈਂਕ ਕਦੇ ਵੀ ਕਿਸੇ ਬੰਦੇ ਕੋਲੋਂ OTP ਨਹੀਂ ਮੰਗਦਾ, ਔਰ ਸੈਕਿੰਡਲੀ ਨਾ ਕੋਈ ਕਿਸੇ ਨੂੰ ਕੋਈ ਬੈਂਕ ਕੋਈ ਫੋਨ ਕਰਕੇ ਕਾਲ ਕਰਦਾ ਵੀ ਤੁਹਾਡੇ ਇੰਨੇ ਪੈਸੇ ਖਾਤੇ ਵਿੱਚ ਆ ਗਏ ਹਨ ਜਾਂ ਇੰਨੇ ਪੈਸੇ ਖਾਤੇ ਨਿਕਲ ਗਏ ਹਨ। ਇਹ ਚੀਜ਼ ਨੂੰ ਬਿਲਕੁਲ ਸਾਡੇ ਪੰਜਾਬੀਆਂ ਨੂੰ ਗੱਲ ਨੂੰ ਬਿਲਕੁਲ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਪਰਮ ਹੈਪੀ ਜੀ ਹਨ ਜੋ ਕਿ 13,000 ਰੁਪਏ 'ਤੇ ਮਹਿਜ਼ ਆਪਣੀ ਡੈਰੀ ਵਿੱਚ ਕੰਮ ਕਰਦੇ ਹੁੰਦੇ ਆ, ਕਾਜੇ ਮੈਂ ਦਵਾਈਆਂ ਦਾ ਮਾੜਾ ਮੋਟਾ ਛੋਟਾ ਜਿਹਾ ਕਲੀਨਿਕ ਚਲਾ ਰਹੇ ਹਨ ਅਤੇ ਸਰੀਰ ਪੱਖੋਂ ਵੀ ਲੱਤ ਤੋਂ ਹੈਂਡੀਕੈਪਟ ਹਨ। ਔਰ ਇਹਨਾਂ ਦੇ ਪਰਿਵਾਰ ਦੇ ਨਾਲ ਠੱਗੀ ਹੋਈ ਹੈ। ਪੁੱਛਦਾ ਹੈਪੀ ਭਾਅ ਜੀ ਉਹਨਾਂ ਨੂੰ ਵੀ ਹੈਪੀ ਭਾਅ ਜੀ ਵੀ ਜਿਹੜਾ ਮਾਮਲਾ ਤੁਹਾਨੂੰ ਕਦੋਂ ਪਤਾ ਲੱਗਾ ਵੀ ਕੰਮ ਹੋ ਗਿਆ ਇੱਦਾਂ ਠੱਗੀ ਦਿਨ ਹੋ ਗਈ? ਮੈਂ ਦੁਕਾਨ 'ਤੇ ਬੈਠਾ ਸੀ ਅਤੇ ਘਰਦੇ ਮੇਰੇ ਕੋਲ ਆਏ, ਕਹਿੰਦੇ ਵੀ ਮੇਰਾ ਭਰਾ ਲੱਗਦਾ ਦੌਲਤਪੁਰ ਤੋਂ, ਕਿਉਂਕਿ ਮੈਂ ਤਾਂ ਜਾਣਦਾ ਨਹੀਂ ਹੈਗਾ ਕੌਣ ਆ ਕੌਣ ਨਹੀਂ। ਕਹਿੰਦੇ ਮੈਨੂੰ ਭਰਾ ਦਾ ਫੋਨ ਆਇਆ ਵੀ ਹਾਲ ਚਾਲ ਮੇਰਾ ਪੁੱਛਿਆ ਵੀ ਮੈਂ ਤੁਹਾਨੂੰ ਪੈਸੇ ਪਾਉਣੇ ਆ। ਚਲ ਮੈਂ ਕਿਹਾ ਠੀਕ ਆ ਜੇ ਪਾਉਣੇ ਆ, ਅਤੇ ਮੈਂ ਕਿਹਾ ਪਰਮਜੀਤ ਇਹ ਠੱਗੀ ਮੈਨੂੰ ਲੱਗਦਾ, ਤੂੰ ਕਹਿੰਦੀ ਜ਼ਰੂਰ ਹੈ ਇਹਨੂੰ ਨਹੀਂ? ਕਹਿੰਦੀ ਮੈਨੂੰ ਲੱਗਦਾ ਵੀ ਠੱਗ ਨਹੀਂ ਹੈਗਾ ਇਹ। ਮੈਂ ਕਿਹਾ ਫੋਨ ਆ ਜਾਂਦਾ ਉਹ ਹੋਰ ਪੈਸੇ ਮੰਗਣ ਲੱਗ ਪੈਂਦਾ। ਇੱਕ ਮੈਂ ਜਨਤਕ ਤੌਰ 'ਤੇ ਇੱਕ ਗੱਲ ਕਹਿਣੀ ਚਾਹੁੰਦਾ, ਕੋਈ ਵੀ ਬੈਂਕ ਕਦੀ ਕਿਸੇ ਦੇ ਕੋਲੋਂ OTP ਨਹੀਂ ਮੰਗਦੀ, ਔਰ ਸੈਕਿੰਡਲੀ
कभी भी कोई मैं किसी को फोन करके कभी दसूगी नहीं भी थोड़े खाते में इन्ने पैसे आ गए हैं जां इन्ने पैसे विचों कट हो गए हैं। यह सानू बिल्कुल आम लोगों ने गल अपने दिमाग में बिठा लेनी चाहिए है, क्योंकि ठग ठगी मारन तो कभी पेश नहीं आ सकता, ठग ने ठगी मारनी होंगी है। ये परिवार भोला हो सकता, परिवार के चक्कर में आ गया। असं ये चाहते हाँ थोड़े तक गल लैके आना, सा मेन मुद्दा चैनल लिए यह है भी आम भोले पंछी जो लोग है खास तौर पर पिंड लोग भोले इन्हों इदा जो साइबर क्राइम वाले बंद होंगे है ये शिकार बनाते हैं, और सानू हर एक चीज़ में पुछ पड़ताल करके ही मतलब पैसे पाने चाहिए हैं। अगे तो साढ़े पंजाबियों साढ़े पेंडू लोगों इन चीज़ों सचेत होने की लड़ हैगी है, और जेडे इन्हों के पैसे 50,000 भी ठगी हुई है और इन वालों पुछते भी अगर की कार्रवाई करवाना चाहते हैं कि मतलब थाने जाना चाहते हैं की करना चाहते हैं। ਤੁਸੀਂ ਭਾਜੀ ਵੀ ਜਿਹੜੇ ਸਾਨੂੰ ਠੱਗੀ ਹੋਈ ਤੁਸੀਂ ਇਹਦੇ ਬਾਰੇ ਕੋਈ? ਹਾਂ ਭਾਜੀ, ਇਹਦੇ ਅਸੀਂ ਰਿਪੋਰਟ ਪੁਲਿਸ ਰਿਪੋਰਟ ਕਰਨੀ ਚਾਹੁੰਦੇ ਹਾਂ, ਐਪਲੀਕੇਸ਼ਨ ਦੇਵਾਂਗੇ ਜਾ ਕੇ SSP ਦੇ। ਇਹ ਹੁਣ SSP ਦੇ ਕੋਲ ਜਾ ਕੇ ਆਪਣੀ ਗੁਹਾਰ ਲਗਾਉਣਗੇ ਆਪਣੇ ਇਨਸਾਫ ਦੀ, ਕਿਉਂਕਿ 50,000 ਰੁਪਏ ਦਾ ਮਾਮਲਾ ਹੈ। 50,000 ਰੁਪਈਆ 13,000 ਰੁਪਏ ਕਮਾਉਣ ਵਾਲੇ ਬੰਦੇ ਵਾਸਤੇ 50,000 ਰੁਪਏ ਬਹੁਤ ਵੱਡੀ ਅਮਾਊਂਟ ਹੋ ਜਾਂਦੀ ਹੈਗੀ ਆ, ਔਰ ਜੇਕਰ ਇਹ ਪਰਿਵਾਰ SSP ਦੇ ਕੋਲ ਜਾਂਦਾ ਹੈ ਤਾਂ ਅਸੀਂ SSP ਰਿਕੁਐਸਟ ਕਰਦੇ ਹਾਂ कि इन्हों नूं इंसाफ दवाया जाए तो जल्दी तो जल्दी इहोजे नौसरबाजां नूं इहोजे ठगां नूं नत्थ पाई जा सके, तां जो भोले भाले लोकां नूं अगे तों ठगी दा शिकार होण तों बचाया जा सके। तुहाडा अपना तारी लोधीपुरिया ईगल आई 24 चैनल।